ਇੱਕ ਬੰਦਾ ਨਬੀ ਪਾਕ ਦੇ ਕੋਲ ਆਇਆ ਆਂਦਾ ਸੋਹਣਿਓ ਐ ਮੇਰੇ ਨਿੱਕੇ ਨਿੱਕੇ ਯਤੀਮ ਬੱਚੇ ਨੇ ਮਾਂ ਇਹਨਾਂ ਦੀ ਫੌਤ ਹੋ ਗਈ ਏ ਬੱਚੇ ਹਜ਼ਰਤ ਨਿੱਕੇ ਹੋ ਨਾਬਾਲਗ ਮਾਂ ਫੌਤ ਹੋ ਜਾਏ ਜਾਂ ਬਾਪ ਫੌਤ ਹੋ ਜਾਏ ਉਹਨਾਂ ਨੂੰ ਯਤੀਮ ਕਿਹਾ ਜਾਂਦਾ ਯਤੀਮ ਦਾ ਮਾਨੀ ਅਕੇਲਾ ਇੱਧਰ ਮੇਰੀ ਤਰਫ ਵੇਖਿਆ ਜੇ ਆਂਦਾ ਸੋਹਣਿਓ ਅੰਮੀ ਇਹਨਾਂ ਦੀ ਫੌਤ ਹੋ ਗਈ ਏ ਮੇਰੇ ਬੱਚੇ ਯਤੀਮ ਨੇ ਮੈਂ ਗਰੀਬ ਮਾੜਾ ਬੰਦਾ ਸੁਬਹ ਮਜ਼ਦੂਰੀ ਤੇ ਨਿਕਲ ਜਾਂਦਾ ਵਾ ਜਦੋਂ ਮੈਂ ਸ਼ਾਮ ਨੂੰ ਵਾਪਸੀ ਆਉਂਦਾ ਸ਼ਾਮ ਨੂੰ ਰੋਜ਼ਾਨਾ ਹੀ ਮੇਰੇ ਬੱਚੇ ਰੋਂਦੇ ਰੋਂਦੇ ਮੈਨੂੰ ਚਿਮੜ ਜਾਂਦੇ ਨੇ ਆਕਾ ਫਰਮਾਉਂਦੇ ਨੇ ਇਹਦੀ ਵਜ੍ਹਾ ਕੀ ਏ ਆਂਦਾ ਸੋਹਣਿਓ ਮੇਰਾ ਗਵਾਂਢੀ ਹਮਸਾਇਆ ਬੜਾ ਸਖਤ ਮਿਜ਼ਾਜ ਬੰਦਾ ਹੈ ਮੇਰਾ ਗਵਾਂਢੀ ਬੜਾ ਸਖਤ ਏ ਮੇਰੇ ਯਤੀਮਾਂ ਨੂੰ ਚਪੇੜਾ ਮਾਰਦਾ ਯਤੀਮਾਂ ਤੇ ਜ਼ੁਲਮ ਕਰਦਾ ਹੈ ਇੱਕ ਤੇ ਇਹਨਾਂ ਦੀ ਮਾਂ ਸਰ ਤੇ ਕੋਈ ਨਹੀਂ ਦੂਜਾ ਗਵਾਂਢੀ ਚਪੇੜਾ ਮਾਰਦਾ ਮੇਰੇ ਬੱਚੇ ਰੋਜ਼ਾਨਾ ਹੀ ਮੈਨੂੰ ਚਿਮੜ ਕੇ ਆਉਂਦੇ ਨੇ ਅੱਬੂ ਅੱਜ ਫਿਰ ਸਾਨੂੰ ਮਾਰੇ ਆਈ ਅੱਜ ਫਿਰ ਇਹਨੇ ਸਾਨੂੰ ਮਾਰੇ ਆਈ ਸੁਣਿਆ ਮੈਂ ਬੜਾ ਪਰੇਸ਼ਾਨ ਆਕਾ ਫਰਮਾਉਂਦੇ ਨੇ ਬਈ ਗੱਲ ਕੀ ਏ ਆਂਦਾ ਮੇਰੇ ਯਤੀਮਾਂ ਦੀ ਤਰਫ ਵੇਖੋ ਮੈਂ ਯਤੀਮਾਂ ਦੀ ਵਜ੍ਹਾ ਨਾਲ ਪਰੇਸ਼ਾਨ ਮੇਰੇ ਗਵਾਂਢ ਅੰਦਰ ਗਵਾਂਢੀ ਹਮਸਾਇਆ ਉਹਦੇ ਘਰ ਟੇੜੀ ਤੇ ਵਿੰਗੀ ਖਜੂਰ ਖਜੂਰ ਦਾ ਦਰਖਤ ਮੇਰੇ ਗਵਾਂਢੀ ਦੇ ਘਰ ਲੱਗਿਆ ਉਹ ਖਜੂਰ ਵਿੰਗੀ ਸ਼ਾਖਾਂ ਫਲ ਮੇਰੇ ਘਰ ਦੇ ਅੰਦਰ ਮੈਂ ਸੁਬਹ ਮਜ਼ਦੂਰੀ ਤੇ ਚਲਾ ਜਾਂਦਾ ਵਾਂ ਮੇਰੇ ਯਤੀਮ ਪਿੱਛੇ ਘਰ ਦੇ ਅੰਦਰ ਮੌਜੂਦ ਹੁੰਦੇ ਨੇ ਹਵਾ ਚੱਲਦੀ ਜਾਂ ਪੱਕ ਕੇ ਫਲ ਕੋਈ ਚੰਦ ਖਜੂਰਾਂ ਮੇਰੇ ਘਰੇ ਗਿਰ ਜਾਂਦੀਆਂ ਨੇ ਇਹ ਵਿੰਗੀ ਖਜੂਰ ਹੈ ਗਵਾਂਢੀ ਦੇ ਘਰ ਦੇ ਅੰਦਰ ਸ਼ਾਖਾਂ ਮੇਰੇ ਘਰ ਦੇ ਅੰਦਰ ਚੰਦ ਵਿੰਗੀ ਖਜੂਰ ਦੀਆਂ ਚੰਦ ਫਲ ਤੇ ਖਜੂਰਾਂ ਜਦੋਂ ਨੀਚੇ ਜ਼ਮੀਨ ਤੇ ਸਾਡੇ ਘਰੇ ਗਿਰ ਜਾਂਦੀਆਂ ਨੇ ਇਮਾਮੇ ਕਾਇਨਾਤ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੀ ਬੀਤੀ ਸੁਣਾਈ ਜਾਂਦਾ ਆਂਦਾ ਸੋਹਣਿਆ ਮਹਿਬੂਬਾ ਇਹ ਮਹਿਬੂਬਾ ਇੱਧਰ ਮੇਰੀ ਤਰਫ ਵੇਖਿਆ ਜੇ ਆਂਦਾ ਮੇਰੇ ਬੱਚੇ ਫਲ ਜ਼ਮੀਨ ਤੇ ਗਿਰਿਆ ਹੋਇਆ ਚੁੱਕ ਕੇ ਜੇ ਬੰਦਰ ਹੱਥਾਂ ਅੰਦਰ ਫੜ ਲੈਂਦੇ ਜਾਂ ਚੁੱਕ ਕੇ ਖਾ ਲੈਂਦੇ ਨੇ ਮੇਰਾ ਗਵਾਂਢੀ ਇਤਨਾ ਸਖਤ ਹੈ ਫੌਰਨ ਸਾਡੇ ਘਰੇ ਪਹੁੰਚ ਜਾਂਦਾ ਯਤੀਮਾਂ ਨੂੰ ਚਪੇੜਾ ਮਾਰਦਾ ਹੈ ਹੱਥਾਂ ਵਾਲੀਆਂ ਖਜੂਰਾਂ ਜੇਬਾਂ ਵਾਲੀਆਂ ਖੋ ਲੈਂਦਾ ਹੱਤਾ ਕੇ ਗਰਦਨ ਤੂੰ ਪਕੜ ਕੇ ਮੂੰਹ ਅੰਦਰ ਉਂਗਲੀ ਮਾਰ ਕੇ ਮੂੰਹ ਵਿੱਚੋਂ ਖਜੂਰ ਕੱਢ ਲੈਂਦਾ ਇਹ ਮਹਿਬੂਬਾ ਰੁਸਨ ਨਹੀਂ ਮੇਰੇ ਯਤੀਮਾਂ ਨੂੰ ਪਰੇਸ਼ਾਨ ਕਰਦਾ ਇਹ ਨਿੱਕੇ ਨਿੱਕੇ ਬੱਚੇ ਨੇ ਫਲ ਡਿੱਗਦਾ ਚੁੱਕ ਲੈਂਦੇ ਗਵਾਂਢੀ ਨਾਲੇ ਚਪੇੜਾ ਮਾਰਦਾ ਨਾਲੇ ਜ਼ੁਲਮ ਕਰਦਾ ਰੱਬ ਦਾ ਵਾਸਤਾ ਜੀ ਉਹਨੂੰ ਸਮਝਾਓ ਮੇਰੇ ਆਕਾ ਨੇ ਖਜੂਰ ਦੇ ਮਾਲਕ ਨੂੰ ਬੁਲਾਇਆ ਵਿੰਗੀ ਖਜੂਰ ਵਾਲੇ ਨੂੰ ਬਈ ਅੱਜ ਕਰੀ ਯਤੀਮਾਂ ਤੇ ਜ਼ੁਲਮ ਨਾ ਕਰਿਆ ਕਰ ਇਸਾਰ ਕਰ ਹਮਦਰਦੀ ਵਿੰਗੀ ਖਜੂਰੀ ਯਤੀਮਾਂ ਨੂੰ ਦੇ ਦੇ ਮੈਂ ਤੈਨੂੰ ਜੰਨਤ ਅੰਦਰ ਖਜੂਰ ਦੀ ਜ਼ਮਾਨਤ ਦੇਣਾ ਹਜ਼ਰਤ ਮੈਂ ਗੱਲ ਮੁਕਾਵਾਂ ਮੇਰੀ ਤਰ ਵੇਖੋ ਮੇਰੇ ਤੇਰੇ ਮੁਰਸ਼ਦ ਪਾਕ ਫਰਮਾਉਂਦੇ ਨੇ ਐ ਵਿੰਗੀ ਖਜੂਰ ਮੈਨੂੰ ਦੇ ਦੇ ਯਤੀਮਾਂ ਵਾਸਤੇ ਦੇ ਦੇ ਮੈਂ ਜੰਨਤ ਅੰਦਰ ਖਜੂਰ ਦਾ ਵਾਅਦਾ ਕਰਨਾ ਕਿਸਮਤ ਸੌਂ ਗਈ ਮੁਕੱਦਰ ਸੌਂ ਗਏ ਆਂਦਾ ਸੁਣਿਓ ਮੈਨੂੰ ਜੰਨਤ ਅੰਦਰ ਖਜੂਰ ਦੀ ਲੋੜ ਨਹੀਂ ਜੋ ਦੇਣਾ ਜੇ ਇੱਥੇ ਹੀ ਦੁਨੀਆ ਤੇ ਦੇ ਦਿਓ ਪੈਸੇ ਦੇ ਦਿਓ ਨਕਦ ਕੁਝ ਦੇ ਦਿਓ ਵਿੰਗੀ ਖਜੂਰ ਲੈ ਲਓ ਹਾਏ ਮੇਰੇ ਅੱਲਾ ਇਹਦੇ ਮੁਕੱਦਰ ਸੌਂ ਗਏ ਕਿਸਮਤ ਸੌਂ ਗਈ ਇਹਨੇ ਨਬੀ ਪਾਕ ਨੂੰ ਜਵਾਬ ਦੇ ਦਿੱਤਾ ਕਹਿੰਦਾ ਜੋ ਦੇਣਾ ਨਕਦ ਦਿਓ ਇਮਾਮੇ ਕਾਇਨਾਤ ਕੋਲ ਇਤਨੇ ਪੈਸੇ ਨਹੀਂ ਕਿ ਫੌਰਨ ਪੈਸੇ ਦੇ ਕੇ ਖਜੂਰ ਖਰੀਦ ਲੈਣ ਮੇਰੇ ਆਕਾ ਖਮੋਸ਼ ਹੋ ਗਏ ਨਬੀ ਪਾਕ ਖਮੋਸ਼ ਹੋ ਗਏ ਹਾਏ ਮੇਰੇ ਅੱਲਾ ਉਦੋਂ ਆਮੀਨਾ ਦੇ ਲਾਲ ਤੇ ਦਿਲ ਤੇ ਕੀ ਬਣਿਆ ਹੋਏਗਾ ਹਜ਼ੂਰ ਦੇ ਦਿਲ ਤੇ ਕੀ ਗੁਜ਼ਰੀ ਹੋਏਗੀ ਜਦੋਂ ਇਹਨੇ ਮੇਰੇ ਮੁਰਸ਼ਦ ਪਾਕ ਨੂੰ ਜਵਾਬ ਦਿੱਤਾ ਹੋਏਗਾ ਇਮਾਮੇ ਕਾਇਨਾਤ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਖਾਮੋਸ਼ ਇਹ ਉੱਠ ਕੇ ਚਲਾ ਜਾਂਦਾ ਹੈ ਇੱਕ ਪਰਵਾਨਾ ਨਬੀ ਪਾਕ ਦਾ ਕੋਲ ਬੈਠਾ ਹੈ ਅਬੂ ਦਹਦਾ ਰਜ਼ੀ ਅੱਲਾਹੁ ਤਾਲਾ ਨੂੰ ਰਜ਼ੀ ਅੱਲਾਹੁ ਤਾਲਾ ਨੂੰ ਅਬੂ ਦਹਦਾ ਫਰਮਾਉਂਦੇ ਨੇ ਸੁਣਿਓ ਇਹ ਮੇ ਕਿਸੇ ਔਰ ਲਈ ਵੀ ਵਾਅਦਾ ਹੈ ਔਰ ਲਈ ਵੀ ਜ਼ਮਾਨਤ ਆਫਰ ਹੈ ਜਾਂ ਸਿਰਫ ਉਹਦੇ ਲਈ ਮੇਰੇ ਆਕਾ ਫਰਮਾਉਂਦੇ ਨੇ ਸਿਹਾਬੀਓ ਜਿਹੜਾ ਬੰਦਾ ਖਜੂਰ ਖਰੀਦ ਕੇ ਮੈਨੂੰ ਯਤੀਮਾਂ ਲਈ ਦੇ ਮੈਂ ਜੰਨਤ ਦੀ ਖਜੂਰ
ਦਾ ਵਾਅਦਾ ਕਰਨਾ। ਅਬੂ ਦਾਦਾ ਵਿੰਗੀ ਖਜੂਰ ਦੇ ਮਾਲਕ ਦੇ ਘਰੇ ਗਏ, ਆਂਦੇ ਨੇ ਬਈ ਖਜੂਰ ਵੇਚ ਲੈ, ਕਿੰਨੇ ਪੈਸੇ ਲੈਣਾ ਚਾਹੁੰਦਾ, ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਿਹਾ। ਆਂਦਾ ਮੈਂ ਨਹੀਂ ਵੇਚਣੀ। ਅਬੂ ਦਾਦਾ ਫਰਮਾਉਂਦੇ ਨੇ ਮੇਰਾ ਸਾਹਮਣੇ ਖਜੂਰਾਂ ਦਾ ਬਾਗ, 10 ਫਲਦਾਰ ਖਜੂਰਾਂ ਲੈ ਲੈ, ਇੱਕ ਵਿੰਗੀ ਖਜੂਰ ਦੇ ਦੇ। ਆਂਦਾ ਮੈਂ ਨਹੀਂ ਵੇਚਣੀ, ਇੱਧਰ ਮੇਰੀ ਤਰ ਵੇਖੋ। ਆਂਦਾ ਮੈਂ ਨਹੀਂ ਉਹ ਵੇਚਣੀ। ਅਬੂ ਦਾਦਾ ਫਰਮਾਉਂਦੇ ਨੇ ਇੱਕ ਵਿੰਗੀ ਖਜੂਰ ਦੇ ਦੇ, 20 ਖਜੂਰਾਂ ਮੇਰੇ ਬਾਗ ਵਿੱਚੋਂ ਲੈ ਲੈ, ਫਲਦਾਰ ਪੌਦੇ ਲੈ ਲੈ। ਆਂਦਾ ਮੈਂ ਨਹੀਂ ਉਹ ਵੇਚਣੀ। ਅਬੂ ਦਾਦਾ ਫਰਮਾਉਂਦੇ ਨੇ ਮੇਰੇ ਬਾਗ ਵਿੱਚੋਂ 30 ਖਜੂਰਾਂ ਦੇ ਫਲਦਾਰ ਦਰਖਤ ਲੈ ਲੈ, ਇੱਕ ਵਿੰਗੀ ਖਜੂਰ ਦੇ ਦੇ। ਆਂਦਾ ਮੈਂ ਨਹੀਂ ਉਹ ਵੇਚਣੀ। ਅਬੂ ਦਾਦਾ ਫਰਮਾਉਂਦੇ ਨੇ 40 ਖਜੂਰਾਂ ਦੇ ਦਰਖਤ ਫਲਦਾਰ ਲੈ ਲੈ, ਇੱਕ ਵਿੰਗੀ ਖਜੂਰ ਦੇ ਦੇ। ਆਂਦਾ ਮੈਂ ਨਹੀਂ ਉਹ ਵੇਚਣੀ। ਹਜ਼ਰਤ ਜਦੋਂ ਬੰਦਾ ਜ਼ਿੱਦ ਤੇ ਅੜ ਜਾਏ, ਫਿਰ ਇਤਨਾ ਮੁੱਲ ਮੰਗ ਲੈਂਦਾ ਕਿ ਗਾਹਕ ਵੈਸੇ ਹੀ ਭੱਜ ਜਾਏ। ਅੱਕਿਆ ਥੱਕਿਆ ਵਿੰਗੀ ਖਜੂਰ ਦਾ ਮਾਲਿਕ ਆਂਦਾ ਏ, ਅਗਰ ਖਰੀਦਣਾ ਚਾਹੁੰਦਾ ਹੈ ਐ ਫਿਰ ਤੇਰਾ ਖਜੂਰਾਂ ਦਾ ਸਾਰਾ ਬਾਗ ਮੈਨੂੰ ਦੇ ਦੇ, ਸਾਰਾ ਬਾਗ ਦੇ ਦੇ, ਫਿਰ ਮੈਂ ਵਿੰਗੀ ਖਜੂਰ ਦਿਆਂਗਾ। ਅਬੂ ਦਾਦਾ ਫਰਮਾਉਂਦੇ ਨੇ ਠੀਕ ਏ। ਬਾਂਹ ਫੜੀ ਲੈ ਕੇ ਤੁਰ ਪਏ ਤੇ ਬਾਂਹ ਪਿਛਾਂ ਨੂੰ ਖਿੱਚਦਾ, ਅਬੂ ਦਾਦਾ ਅਗਾਂਹ ਨੂੰ ਖਿੱਚਦੇ। ਮੱਕੂਆਂ ਨੇ ਦਿਓ ਬਾਸੀਓ ਗੱਲ ਮੁੱਕ ਗਈ, ਖੁਦਾ ਦੀ ਕਸਮ ਇਸ ਖਜੂਰਾਂ ਦੇ ਬਾਗ ਅੰਦਰ 600 ਖਜੂਰਾਂ ਨੇ ਲੋਕੋ, 600 ਖਜੂਰਾਂ ਦਾ ਦਰਖਤ ਫਲਦਾਰ ਦਰਖਤ। ਆਂਦਾ ਪੂਰਾ ਬਾਗ ਲਵਾਂਗਾ, 600 ਖਜੂਰਾਂ ਲਵਾਂਗਾ। ਅਬੂ ਦਾਦਾ ਫਰਮਾਉਂਦੇ ਨੇ ਲੈ ਲੈ ਇੱਕ ਵਿੰਗੀ ਖਜੂਰ ਦੇ ਦੇ। ਬਾਂਫੜੀ ਬਾਗ ਨੂੰ ਲੈ ਕੇ ਜਾ ਰਹੇ ਨੇ। ਹਜ਼ਰਤ ਫਿਰ ਥੋੜ੍ਹੀ ਦੇਰ ਬਾਅਦ ਆਉਂਦਾ ਹੈ, ਜਿਹੜੇ ਟੂਵਲ ਤੇ ਖੂਹ ਪਾਣੀ ਵਾਲੇ, ਉਹ ਟੂਵਲ ਵੀ ਲਵਾਂਗਾ, ਪਾਣੀ ਵਾਲਾ ਖੂਹ ਵੀ ਲਵਾਂਗਾ। ਅਬੂ ਦਾਦਾ ਫਰਮਾਉਂਦੇ ਨੇ ਫਰਮਾਇਆ ਮੈਂ ਖੂਹ ਵੀ ਲੈ ਲੈ, ਖਜੂਰਾਂ ਵੀ ਲੈ ਲੈ। ਹਜ਼ਰਤ ਥੋੜ੍ਹਾ ਕੁ ਅੱਗੇ ਤੁਰੇ ਨੇ, ਅਬੂ ਦਾਦਾ ਬਾਂਹ ਫੜ ਕੇ ਖਿੱਚੀ ਜਾਂਦੇ, ਗੱਲ ਬੜੀ ਕਮਾਲ। ਆਂਦਾ ਜਿਹੜਾ ਤੁਹਾਡਾ ਮਕਾਨ ਖਜੂਰਾਂ ਚਾਰ ਚਪੇਰੇ, ਅੰਗੂਰਾਂ ਦੀਆਂ ਬੇਲਾਂ, ਦਰਮਿਆਨ ਅੰਦਰ ਟੂਵਲ ਤੇ ਖੂਹ ਪਾਣੀ, ਤੇ ਸੱਜੇ ਖੱਬੇ ਛਾਂ ਦੇ ਦਰਮਿਆਨ ਜਿਹੜਾ ਮਹੱਲ ਕੋਠੀ ਬਣਾਈ ਰਹਾਇਸ਼ ਦਾ, ਉਹ ਮਕਾਨ ਵੀ ਲਵਾਂਗਾ। ਅਬੂ ਦਾਦਾ ਫਰਮਾਉਂਦੇ ਨੇ ਮਕਾਨ ਵੀ ਲੈ ਲੈ, ਟੂਵਲ ਵੀ ਲੈ ਲੈ, ਬਾਗ ਵੀ ਲੈ ਲੈ, ਇੱਕ ਵਿੰਗੀ ਖਜੂਰ ਦੇ ਦੇ। ਲੈ ਕੇ ਬਾਗ ਦੇ ਬੂਹੇ ਤੇ ਗਏ, ਆਂਦੇ ਨੇ ਰੁਕ ਜਾ ਮੈਂ ਬੀਵੀ ਬੱਚਿਆਂ ਨੂੰ ਬੁਲਾਵਾਂ। ਅਬੂ ਦਾਦਾ ਨੇ ਆਪਣੀ ਬੀਵੀ ਨੂੰ ਆਵਾਜ਼ ਮਾਰੀ, ਕਰਮਾਂ ਵਾਲੀਏ ਸੌਦਾ ਰੱਬ ਨਾਲ ਕਰ ਆਇਆ, ਬਾਗ ਦੇ ਆਇਆ, ਮਕਾਨ ਦੇ ਆਇਆ, ਸਭ ਕੁਛ ਦੇ ਆਇਆ ਵਾ, ਆ ਜਾ ਜਲਦੀ ਵਾਪਸੀ ਬਾਹਰ ਨਿਕਲ ਆ। ਹਜ਼ਰਤ ਅਬੂ ਰਵਾਯਾਤ ਅੰਦਰ ਆਉਂਦਾ, ਅਬੂ ਦਾਦਾ ਦੀ ਬੀਵੀ ਨੇ ਬਹਿਸ ਨਹੀਂ ਕੀਤੀ, ਇਹ ਨਹੀਂ ਕਿਹਾ ਮਕਾਨ ਨਾ ਦਿੰਦੇ, ਬਾਗ ਦੇ ਦਿੱਤਾ, ਖੂਹ ਨਾ ਦਿੰਦੇ ਜੇ ਬਾਗ ਦੇ ਦਿੱਤਾ, ਨਾ ਨਾ ਨਾ। ਬਲਕਿ ਆਉਂਦੀਆਂ ਨੇ ਅਬੂ ਦਾਦਾ ਬਾਹਰ ਦਰਵਾਜ਼ੇ ਤੇ ਰੁਕ ਜਾਓ, ਮੈਂ ਬੱਚਿਆਂ ਨੂੰ ਲੈ ਕੇ ਆਉਂਦੀ ਹਾਂ, ਬੈਗ ਨਹੀਂ ਭਰੇ, ਪੇਟੀਆਂ ਨਹੀਂ ਫੋਲੀਆਂ, ਜਿਵੇਂ ਪਿਆ ਉਂਝ ਸਮਾਨ ਪਿਆ, ਬੱਚਿਆਂ ਨੂੰ ਉਂਗਲੀ ਲਾਇਆ, ਲੈ ਕੇ ਅਬੂ ਦਾਦਾ ਦੀ ਬੀਵੀ ਬਾਹਰ ਤੁਰ ਪਈ। ਰਵਾਇਤ ਅੰਦਰ ਆਉਂਦਾ, ਬੱਚਿਆਂ ਦੇ ਹੱਥ ਅੰਦਰ ਖਜੂਰਾਂ, ਜੇਬਾਂ ਅੰਦਰ ਖਜੂਰਾਂ, ਮਾਂ ਨੇ ਖਜੂਰਾਂ ਕੱਢ ਕੇ ਬਾਗ ਅੰਦਰ ਸੁੱਟੀਆਂ, ਬੇਟਿਓ ਅੱਜ ਦੇ ਬਾਅਦ ਦੇ ਸਭ ਕੁਛ ਅੱਲਾ ਪਾਕ ਦੀ ਰਜ਼ਾ ਲਈ ਕੁਰਬਾਨ ਕਰ ਦਿੱਤਾ। ਹਜ਼ਰਾ ਸਭ ਕੁਛ ਦੇਖ ਕੇ ਆਮੀਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਆਏ। ਸਾਹਬਾਂ ਦੇ ਨੇ ਸੁਣਿਓ, ਅਬੂ ਦਾਦਾ ਆ ਗਿਆ, ਅਬੂ ਦਾਦਾ ਆ ਗਿਆ। ਮੇਰੇ ਮੁਰਸ਼ਦ ਪਾਕ ਉੱਠ ਕੇ ਖੜੇ ਹੋ ਗਏ, ਅਬੂ ਦਾਦਾ ਨੂੰ ਸੀਨੇ ਲਾਇਆ, ਫਰਮਾਇਆ ਸੋਹਣਿਆ 600 ਖਜੂਰਾਂ ਦਾ ਬਾਗ, ਖੂਹ, ਰਹਾਇਸ਼, ਸਭ ਕੁਛ ਦੇ ਆਇਆ ਵਾ, ਇੱਕ ਵਿੰਗੀ ਖਜੂਰ ਲੈ ਆਇਆ। ਮੇਰੇ ਆਕਾ ਸੀਨੇ ਲਾ ਕੇ ਰੋਈ ਜਾਂਦੇ, ਰੋਈ ਜਾਂਦੇ। ਆਕਾ ਫਰਮਾਉਂਦੇ ਨੇ ਸਿਹਾਬੀਓ, ਅਬੂ ਦਾਦਾ ਸਭ ਕੁਛ ਲੁਟਾਇਆ, ਇੱਕ ਵਿੰਗੀ ਖਜੂਰ ਖਰੀਦ ਆਇਆ। ਐ ਜਿਬਰਾਇਲ ਮੇਰੇ ਕੋਲ ਆਇਆ ਏ, ਜਿਬਰਾਇਲ ਕਹਿ ਰਿਹਾ ਅਬੂ ਦਾਦਾ ਲਈ ਰੱਬ ਨੇ ਜੰਨਤ ਵੀ ਲਿਖ ਦਿੱਤੀ ਏ, ਜੰਨਤ ਅੰਦਰ ਕਈ ਖਜੂਰਾਂ ਦੇ ਜੁੰਡ ਵੀ ਲਿਖ ਦਿੱਤੇ। ਆਂਦਾ ਲੋਕੋ ਗੱਲ ਸੁਣੋ, ਇਸ ਬਾਬੇ ਦਾ ਮੈਂ ਜਨਾਜ਼ਾ ਨਹੀਂ ਹੋਣ ਦੇਣਾ, ਇਹਨੇ ਮੇਰਾ ਕਰਜ਼ਾ ਦੇਣਾ ਹੈ। ਭਲਾ
ਕੌਣ ਹੈ ਜਿਹੜਾ ਮੇਰਾ ਕਰਜ਼ਾ ਦੇਵੇਗਾ? ਇਹਨੇ ਚੈੱਕ ਕੱਢੇ, ਆਂਦਾ ਬਾਬੇ ਨੇ ਮੇਰਾ 30 ਲੱਖ ਰੁਪਏ ਦੇਣਾ ਹੈ, 30 ਲੱਖ ਕਰਜ਼ਾ ਦੇਣਾ ਹੈ। ਪਹਿਲੇ